ਹੈਲੋ ਦੋਸਤੋ, ਆਪ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਕਬੱਡੀ 105 ਉੱਤੇ। ਅਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਾਲਾ ਜਲਾਲਪੁਰ ਦੀ ਬਾਇਓਗ੍ਰਾਫੀ। ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਓ, ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰ ਦੇਣਾ। ਅਤੇ ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ। ਦੋਸਤੋ, ਪਾਲੇ ਦਾ ਪੂਰਾ ਨਾਂ ਬਲਵੀਰ ਸਿੰਘ ਹੈ ਅਤੇ ਉਸ ਦਾ ਪਿੰਡ ਜਲੰਧਰ ਦੇ ਸਾਹਕੋਟ ਏਰੀਏ ਵਿੱਚ ਜਲਾਲਪੁਰ ਖੁਰਦ ਹੈ। ਪਾਲੇ ਦੇ ਪਿਤਾ ਜੀ ਦਾ ਨਾਂ ਸਰਦਾਰ ਸੋਹਣ ਸਿੰਘ ਅਤੇ ਮਾਤਾ ਜੀ ਦਾ ਨਾਂ ਸਰਦਾਰਨੀ ਸੁਰਜੀਤ ਕੌਰ ਜੀ ਹੈ। ਪਾਲੇ ਦੀ ਸ਼ਾਦੀ ਹੋ ਚੁੱਕੀ ਹੈ ਅਤੇ ਇਸ ਦੀਆਂ ਦੋ ਬੇਟੀਆਂ ਵੀ ਹਨ। ਪਾਲਾ ਇਸ ਸਮੇਂ ਪੱਕੇ ਤੌਰ 'ਤੇ ਕਨੇਡਾ ਵਿੱਚ ਰਹਿੰਦਾ ਹੈ ਅਤੇ ਪਾਲੇ ਨੂੰ ਕਬੱਡੀ ਜਗਤ ਵਿੱਚ ਪਾਲੇ ਦਹਿਸ਼ਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਾਲੇ ਨੇ 2005-06 ਵਿੱਚ ਬਹੁਤ ਵਧੀਆ ਕਬੱਡੀ ਖੇਡੀ ਅਤੇ ਪਾਲੇ ਨੇ 2005-06 ਵਿੱਚ ਵਧੀਆ ਕਬੱਡੀ ਖੇਡ ਕੇ ਕਬੱਡੀ ਜਗਤ ਵਿੱਚ ਆਪਣਾ ਨਾਂ ਬਣਾਇਆ ਅਤੇ ਅੱਜ ਤੱਕ ਵਧੀਆ ਕਬੱਡੀ ਖੇਡ ਰਿਹਾ ਹੈ। ਪਾਲਾ ਹੁਣ ਤੱਕ ਇੰਗਲੈਂਡ, ਆਸਟ੍ਰੇਲੀਆ, ਕਨੇਡਾ, ਨਿਊਜ਼ੀਲੈਂਡ ਆਦਿ ਕਈ ਦੇਸ਼ਾਂ ਵਿੱਚ ਕਬੱਡੀ ਖੇਡ ਚੁੱਕਿਆ ਹੈ। ਪਾਲੇ ਨੇ 2018 ਤੱਕ 80 ਮੋਟਰਸਾਈਕਲ, ਜਿਨ੍ਹਾਂ ਵਿੱਚ 35 ਬੋਲਟ, 2 ਟਰੈਕਟਰ, 5 ਗੱਡੀਆਂ, 1 ਕਬੈਨ, 2 ਘੋੜੇ, 2 ਮੱਝਾਂ ਆਦਿ ਕਈ ਮਾਣ ਸਮਾਨ ਕਬੱਡੀ ਵਿੱਚ ਜਿੱਤੇ ਹਨ। ਇਸ ਵੀਡੀਓ ਵਿੱਚ ਦੋਸਤੋ ਬਸ ਇੰਨਾ ਹੀ। ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ। ਇਸੇ ਤਰ੍ਹਾਂ ਹੀ ਤੁਸੀਂ ਆਪਣੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ। ਧੰਨਵਾਦ।